ਹੱਥ ਜਿਹਦੇ ਥੱਲੇ ਨੇ ਹੈਦਰੀ। ਕਦੀ ਮੌਲਵੀ ਨੂੰ ਪੁੱਛ ਵੀ ਹੈਦਰੀ ਕੀ ਹੈ? ਦਸਾਂ ਦਿਨ ਬੋਲੋ ਓਏ ਦਸਾਂ। ਜੰਨਤ ਦਾ ਨਾਂ ਅਦਨ, ਇਹਦੇ ਵਿੱਚ ਝੰਡਾ ਜਿਹਨੂੰ ਲਿਵਾਉਲ ਹਮਦ ਕਹਿੰਦੇ ਆ। ਮੇਰੇ ਨਬੀ ਨੇ ਕਿਹਾ 10,000 ਫਰਿਸ਼ਤਾ ਇਸ ਝੰਡੇ ਨੂੰ ਚੁੱਕ ਕੇ ਮੇਰੇ ਨੂੰ ਲਿਆ ਕੇ ਤੇ ਰੱਖੇਗਾ ਹਸ਼ਰ ਦੇ ਮੈਦਾਨ ਤੇ, ਤੇ ਹਿਸਾਬ ਸ਼ੁਰੂ ਹੋਏਗਾ। ਸੁਹਾਬਾ ਨੇ ਪੁੱਛਿਆ ਕਿ ਏਡਾ ਭਾਰੀ ਝੰਡਾ ਜਿਹਨੂੰ 10,000 ਫਰਿਸ਼ਤਾ ਚੁੱਕੇਗਾ, ਇਹਨੂੰ ਚੁੱਕੇਗਾ ਕੌਣ? ਫਰਮਾਇਆ ਮੇਰਾ ਵੀਰ ਅਲੀ ਇੱਕ ਹੱਥ ਨਾਲ। ਤੈਨੂੰ ਅਜੇ ਤੱਕ ਹੈਦਰ ਸਮਝ ਨਹੀਂ ਆਇਆ? ਤੈਨੂੰ ਆਇਆ ਹੀ ਨਹੀਂ, ਤੈਨੂੰ ਅਜੇ ਤੱਕ ਨਹੀਂ ਆਇਆ। ਓਏ ਉਹ ਮੁੰਡਾ ਅਰਸ਼ ਦੇ ਸੋਟਾ ਸੁੱਟ ਗਏ, ਧੂੜ ਭੱਟੀ ਖਲੋਤਾ, ਕਦੀ ਅਲੀ ਦਾ ਸੋਟਾ ਵੇਖ ਹੋਏ? ਉਹ ਵੇਖ ਕਦੀ ਆ ਚੁੱਕ ਸ਼ੇਰ ਦੇ ਮੁਰਸ਼ਦ ਸ਼ੇਰ ਦੇ ਅਰਬੀ 500 ਨਾਂ ਨੇ, ਕਿੰਨੇ 500? ਉਹਨਾਂ ਚ ਮੈਂ 7 ਲੱਗਾ ਪੜ, ਹਾਰਸ, ਅਸਦ, ਜ਼ੈਗਮ, ਜ਼ਰਗਾਮ, ਗਜ਼ਨਫਰ, ਸਫਦਰ, ਹੈਦਰ। ਨਹੀਂ ਯਾਰ, ਹਾਰਸ, ਅਸਦ, ਜ਼ੈਗਮ, ਜ਼ਰਗਾਮ, ਗਜ਼ਨਫਰ, ਸਫਦਰ, ਹੈਦਰ, 7 ਦਾ ਮਾਨ ਹੈ ਸ਼ੇਰ, ਸ਼ੇਰ, ਸ਼ੇਰ। ਪੁੱਛ ਨਜ਼ਮ ਸ਼ਫਰ ਕੀ ਹੈ? ਸ਼ੇਰ ਦੇ ਨਿੱਕੇ ਨਿੱਕੇ ਬੱਚੇ ਆਉਣ ਤੇ ਸੋਚੇ ਕੋਈ ਸ਼ਿਕਾਰੀ ਚੁੱਕ ਨਾ ਲਵੇ, ਤੇ ਇਹ ਪਹਿਰਾ ਦੇਣ ਲੱਗ ਪਏ ਬੱਚਿਆਂ ਦਾ, ਉਸ ਪਹਿਰੇਦਾਰ ਸ਼ੇਰ ਨੂੰ ਹਾਰਸ ਕਹਿੰਦੇ ਨੇ। ਮੇਰਾ ਖਿਆਲ ਮੈਂ ਸਮਝਾਤਾ। ਫਿਰ ਸੋਚੇ ਕਿਹਦੀ ਜ਼ਰੂਰਤ ਹੋਏ, ਸਾਡੇ ਬੱਚੇ ਚੁੱਕੇ। ਫਿਰ ਬੱਚਿਆਂ ਦੇ ਵਿੱਚ ਗਰੂਰ ਲੈ ਕੇ ਸੌਂ ਜਾਏ, ਤੂੰ ਕੀਮਤ ਨਹੀਂ ਦੇਣੀ ਫਿਕਰੇ ਦੀ, ਤੂੰ ਸ਼ੇਰਾਂ ਦਾ ਸ਼ੌਕੀਨ ਹੈ। ਉਸ ਸੁੱਤੇ ਨੂੰ ਅਸਦ ਕਹਿੰਦੇ ਨੇ। ਅਜੇ ਵੀ ਤੈਨੂੰ ਹਿਜਰਤ ਦੀ ਰਾਤ ਦਾ ਸਦੁੱਲਾ ਨਜ਼ਰ ਨਹੀਂ ਆਇਆ? ਨਵੀਂ ਦੇ ਬਿਸਤਰ ਤੇ ਸੁੱਤਾ ਹੋਇਆ ਸ਼ੇਰ, ਪਹਿਰੇਦਾਰ ਹਾਰਸ ਸੁੱਤਾ ਹੋਇਆ, ਅਸਦ ਜਾਗੋ ਮਿੱਟੀ, ਅੱਖ ਬੰਦ। ਕਾਸ਼ ਨਜ਼ਮ ਸ਼ਾਹ ਜਵਾਨ ਹੁੰਦਾ, ਮੈਂ ਤੈਨੂੰ 4 ਘੰਟੇ ਸੁਣਾਉਂਦਾ। ਅੱਖ ਬੰਦ, ਅੱਖ ਖੋਲ, ਇਹਨੂੰ ਅਰਬੀ ਚ ਜ਼ੈਗਮ ਕਹਿੰਦੇ ਨੇ, ਪੂਰਾ ਜਾਗ ਜਾ। ਇਹਨੂੰ ਸਰਗਾਮ ਕਹਿੰਦੇ ਨੇ, ਸੋਚੇ ਉੱਠ ਹੋਏ ਬੱਚੇ ਭੁੱਖੇ ਨੇ, ਸ਼ਿਕਾਰ ਕਰੀਏ ਇਹਨੂੰ ਇਹਨੂੰ। ਗਜ਼ਨਫਰ ਕਹਿੰਦੇ ਨੇ, ਟੁਰ ਪਵੇ, ਟੁੱਟ ਜਾ ਜਿਹੜਾ ਰਾਜੇ ਵੀ ਥੱਲੇ ਰਵੇ ਸੁਣ ਕੇ, ਟੁਰ ਪਵੇ ਅੱਗੋਂ ਹਰਨ ਨਜ਼ਰ ਆਵੇ। 50 ਚੁੱਕੇ ਸਫਦਰ, ਇਹ ਟੋਟੇ ਕਰਦੇ ਇਹਨੂੰ ਹੈਦਰ। ਸਮਝ ਆਈ ਅਲੀ ਕੀ ਹੈ? ਬੋਲੋ ਏ, ਸਮਝ ਆਈ ਆ? ਨਹੀਂ ਅਜੇ ਵੀ ਸਮਝ ਨਹੀਂ ਆਈ। ਕੁਰਾਨ ਆਂਦਾ ਅਸਹਾਬੁਲ ਜ਼ਮੀਨ ਵਮਾ ਅਸਹਾਬੁਲ ਜ਼ਮੀਨ, ਸੱਜੇ ਹੱਥ ਵਾਲੇ। ਕੀ ਬਾਤ ਹੈ ਸੱਜੇ ਹੱਥ ਵਾਲਿਆਂ ਦੀ? ਸ਼ਾਹ ਜੀ ਇਹਦੀ ਕੀਮਤ ਤੁਹਾਡੇ ਕੋਲ ਲੈਣੀ ਮੁਰਸ਼ਦ ਮੈਂ। ਸਹਾਬੁਲ ਜ਼ਮੀਨ ਵਮਾ ਸਹਾਬੁਲ ਜ਼ਮੀਨ, ਅੱਗੇ ਆਉਂਦਾ ਉਹਨਾਂ ਵਾਸਤੇ ਕੇਲੇ ਹੋਣਗੇ ਤਹਿ ਦਾ ਤਾਰ, ਰੰਗ ਬਿਰੰਗੇ ਫਲ ਹੋਣਗੇ, ਮੋਟੀਆਂ ਖਾਲੀਆਂ ਹੂਰਾਂ ਹੋਣਗੀਆਂ, ਕਿਹਨਾਂ ਲਈ? ਲੈ ਸਹਾਬੁਲ ਜ਼ਮੀਨ, ਸੱਜੇ ਹੱਥ ਵਾਲਿਆਂ ਲਈ। ਮੈਂ ਸੋਚਿਆ ਵੀ ਜੰਨਤ 'ਚ ਖੱਬਾ ਹੱਥ ਨਹੀਂ ਆਉਣਾ, ਬੜੀ ਮੁੱਦਤ ਸੋਚਦਾ ਰਿਹਾ ਵੀ ਜ਼ਮੀਨ ਕੀ ਹੈ, ਸੱਜੇ ਹੱਥ ਵਾਲੇ। ਫਿਰ ਮੈਂ ਜ਼ਮੀਨ ਦੇ ਅਦਦ ਕੱਢੇ, ਯੇ ਦੇ 10, ਮੀਮ ਦੇ 40, ਕਿੰਨੇ ਹੋ ਗਏ? ਬੋਲੋ। ਫਿਰ ਯੇ ਦੇ 10, 60, ਨੂਨ ਦੇ 50, 110, 110। ਹੁਣ ਤੂੰ ਧਮਾਲ ਨਾ ਪਾਈ ਤੇ ਦੁੱਖ ਹੋਏਗਾ। ਹੁਣ ਅਲੀ ਦੇ ਕੱਢ, ਐਨ ਦੇ 70, ਲਾਮ ਦੇ 30, ਯੇ ਦੇ 10, 110। ਅੱਲਾਹ ਦਾ ਸਹਾਬੁਲ ਜ਼ਮੀਨ ਵਮਾ ਸਹਾਬੁਲ ਜ਼ਮੀਨ, ਓਏ ਅਲੀ ਵਾਲੇ, ਕੀ ਬਾਤ ਹੈ ਅਲੀ ਵਾਲੇ! ਇੱਕ ਪਿੱਛੋਂ ਵੀ ਨਾਰਾ ਲਾਓ, ਉੱਠ ਕੇ ਪਤਾ ਲੱਗੇ ਮਾਨੀ ਹੋ। ਇੱਕ ਪਿੱਛੋਂ, ਉਹ ਪਿੱਛੋਂ ਬਾਬੀ ਨਗਰ ਚੋਂ ਪਿੱਛੋਂ ਵੀ ਇੱਕ ਉੱਠੋ। ਉਹਨੇ ਚ ਕੋਈ ਨੀ ਉੱਠਿਆ, ਅੜੇ ਅਖੀਰ ਤੇ ਬੈਠੇ ਹੋ ਕਿਸੇ ਨੂੰ ਨਾ। ਉਹ ਇੱਕ ਵਾਰੀ ਮੈਂ ਤਕਰੀਰ ਪਿਆ ਕਰਾਂ ਤੇ ਪਨਵਾ ਦਾ ਚੇਅਰਮੈਨ ਉਹ ਬੈਠਾ ਹੋਵੇ ਅੱਗੇ।
ਉਹਨੂੰ ਮੈਂ ਕਿਹਾ ਚਿਹਰਾ ਨਾ ਲਾ ਨਾਰਾ, ਉਹਨੇ ਕਦੀ ਜ਼ਿੰਦਗੀ ਚ ਨਾਰਾ ਲਾਇਆ ਨਹੀਂ ਸੀ ਮੁਰਸ਼ਦ ਦੀ ਉਮਰ ਦਾ, ਔਰ ਕਹਿੰਦਾ ਨਾਰਾ ਏ ਸ਼ਾਜੀ ਅੱਗੋਂ ਕੀ ਕਹਿਣਾ। ਮੈਂ ਚੇਪੀ ਲਾ ਦਿੱਤੀ ਹੈ ਬਗੈਰ ਸੁਰ ਤੋਂ, ਇਹਨਾਂ ਨੂੰ ਕਹੋ ਜਾਓ ਜਾਓ ਜਾਓ, ਜਿੰਨਾ ਜਾਣਾ ਜਾਓ। ਤਵੱਜੋ ਤਵੱਜੋ, ਮੈਂ ਪੜ ਰਿਹਾ ਅੱਲਾ ਨੇ ਜੰਨਤ ਵੇਚ ਛੱਡੀ, ਹੁਸੈਨ ਨੇ ਅੱਲਾ ਵਾਸਤੇ ਨਹੀਂ ਲਈ ਕੀਮਤ ਦੇ ਕੇ। ਇਹ ਆ ਪਹਿਲਾ ਸੌਦਾ, ਇਹ ਪਹਿਲਾ ਸੌਦਾ ਵੀ ਰੱਬ ਨੇ ਇਸ ਘਰ ਨਾਲ ਕੀਤਾ, ਤੇ ਘੰਟਾ ਮੁੱਕ ਗਈ, ਹੁਣ ਦੂਜਾ ਸੌਦਾ। ਯਾ ਅਲੀ ਜੀ ਮਸਵਾਕ ਕਰਨਾ ਨਬੀ ਦੀ ਸੁਨਤ, ਸਲਵਾਰ ਗਿੱਟਿਆਂ ਉੱਚੀ ਨਬੀ ਦੀ ਸੁਨਤ, ਜ਼ੁਲਫਾਂ ਰੱਖੀਆਂ ਨਬੀ ਦੀ ਸੁਨਤ, ਸੁਰਮਾ ਪਾਣਾ ਨਬੀ ਦੀ ਸੁਨਤ। ਉਹ ਬੋਲ ਹੈ ਨਬੀ ਪਿਆਰ ਦਾ ਯਾ ਅਲੀ ਇੱਕ ਵਾਰੀ ਸੁਨਤ ਸਮਝ ਕੇ ਯਾ ਅਲੀ ਕਹਿ ਦੇ ਜੀ ਅੰਦਰ ਵੜ ਮਰੀਦ ਵੜੇਗਾ। ਮੈਂ ਤੈਨੂੰ ਪੁੱਛਣ ਡਿਆ, ਉਹ ਬੋਲ ਫਨੀਅਰ ਨਾ ਕੇ ਕਾਲਾ ਤੇ ਅੰਦਰ ਨੇਰਾ ਤੇ ਜਾ ਪੁੱਤਰ ਅੰਦਰ ਤੇ ਲਾਲ ਪੈਨ ਵੀ ਨਹੀਂ ਲਿਜਾਣੀ, ਮੈਨੂੰ ਮਰੀਦ ਖੜਾ ਕਰਕੇ ਬਖਾ ਜਿਹੜਾ ਕਵੇ ਜੀ ਮੈਂ ਜਾਵਾਂ। ਬੋਲੋ ਨਬੀ ਪਿਆਦਾ ਯਾ ਅਲੀ, ਬੇਟਾ ਜਾਣਾ ਕਹਿਣਾ ਸੌਖਾ ਹੀ ਪੁੱਤਰਾ ਹੋਏ, ਉਹ ਕਹਿਣਾ ਬੜਾ ਸੌਖੀ, ਤੂੰ ਪੀਰ ਨੂੰ ਖੁਸ਼ ਕਰ ਰਿਹਾ ਬਹਿ ਜਾ ਖੁਸ਼ ਕਰ ਰਿਹਾ, ਬੜੀ ਔਖੀ ਮੰਜ਼ਲ ਹੈ। ਯਾ ਅਲੀ 70 ਬੰਦੇ ਤਲਵਾਰਾਂ ਲੈ ਕੇ ਬਾਹਰ ਖੜੇ ਨੇ ਤੇ ਆਈ ਮੇਰਾ ਬਿਸਤਰਾ, ਇਹਦੇ ਤੇ ਸੌ ਜਾਏਗਾ। 70 ਮਾਰਨ ਲਈ ਮੈਨੂੰ ਬਾਹਰ ਖੜੇ ਨੇ ਤੇ ਆਈ ਮੇਰਾ ਬਿਸਤਰਾ, ਇਹਦੇ ਤੇ ਸੌ ਜਾਏਗਾ। ਅਲੀ ਅੰਜ ਵੇਖ ਕੇ ਕਹਿੰਦਾ ਤੁਸੀਂ ਬਚ ਜਾਓਗੇ, ਫਰਮਾ ਹਾਂ, ਫਰਮਾ ਆਕਾ ਜਾ ਆਕਾ। ਮੁਰਸ਼ਦ ਇੱਕ ਜੁਮਲਾ ਤੁਹਾਡੀ ਨਜ਼ਰ ਲੱਗਾ ਕਰਨ, ਸੌਂਗ ਹੈ ਮੰਜੀ ਨਬੀ ਦੀ, ਬਿਸਤਰਾ ਰਸੂਲ ਦਾ। ਛੋਟੀ ਗੱਲ ਹੈ, ਉੱਤੇ ਅਲੀ ਉੱਤੇ ਚਾਦਰ ਰਸੂਲ ਦੀ, ਜੁਮਲਾ ਲੱਗਾ ਬੋਲਣ ਜੇ ਸਵਾਦ ਆਵੇ ਟੁੱਟ ਕੇ ਦੱਸ ਦੇਈ, ਤੇ ਨਹੀਂ ਤੇ ਕੋਈ ਨਹੀਂ ਗੱਲ, ਮੈਂ ਘੁੱਟ ਭਰ ਕੇ ਟੁੱਟ ਜਾਵਾਂਗਾ। ਸਾਰੀ ਰਾਤ ਕਾਫਰ ਤੇ ਮੁਸ਼ਰਕ ਜਿਹਨੂੰ ਮੁਹੰਮਦ ਸਮਝਦੇ ਰਹੇ ਉਹਨੂੰ ਅਲੀ ਆਨ। ਗਵਾਹ ਮਦੀਨੇ ਕੀ ਹਰ ਗਲੀ ਹੈ, ਅਰੇ ਜਿੱਧਰ ਵੀ ਦੇਖੋ ਅਲੀ ਅਲੀ ਹੈ। ਬਸ ਬੋਰ ਤੇ ਨਹੀਂ ਹੋਇਆ, ਬੋਰ ਤੇ ਨਹੀਂ ਹੋਇਆ, ਸੌ ਜਾ ਸੌ ਗਿਆ। ਹੁਣ ਐਤ ਲੱਗਾ ਪੜ੍ਹਨ, ਵਾਮਿਨਨ ਨਾਸੇ ਮੈਂ ਯਸ਼ਰੀ ਨਫਸਾ ਹੁਬਤਗਾ ਮਰਦਾ ਤਿੱਲਾ। ਅੱਲਾ ਪਿਆਂਦਾ ਹੈ ਮੋਮਨਾ ਕੋਲ ਜਾਨ ਲਈ ਹੈ ਤੇ ਜੰਨਤ ਦਿੱਤੀ ਹੈ, ਜੰਨਤ ਮੈਂ ਦੇਤੀ ਸੀ, ਹੁਣ ਅਲੀ ਦੀ ਜਾਨ ਲਈ ਹੈ ਤੇ ਮਰਜ਼ੀਆਂ ਦੇ ਦਿੱਤੀਆਂ। ਓਏ ਹੋਏ 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 ਹੋਏ, ਉਹ ਤੂੰ ਚੋਪੀ ਕਰ ਗਿਆ ਓਏ, ਮੋਮਨ ਦੀ ਜਾਨ ਦੀ ਕੀਮਤ ਜੰਨਤ, ਅਲੀ ਦੀ ਜਾਨ ਦੀ ਕੀਮਤ ਰਜ਼ਾਵਾਂ। ਹਾਏ ਓ ਸੋਚ ਓਏ, ਉਹ ਤੂੰ ਸਮਝੇ ਨਹੀਂ ਓਏ ਕਿਹਦੀਆਂ ਰਜ਼ਾਵਾਂ ਜ਼ੁਲ ਜਲਾਲ ਦੀਆਂ, ਜਿਹੜਾ ਸੌਂ ਕੇ ਸੁੱਤਾ ਆਇਆ ਅਲੀ ਸੁੱਤਾ ਆਇਆ, ਰੱਬ ਦੀਆਂ ਰਜ਼ਾਵਾਂ ਖਰੀਦ ਲੈ ਉਹ ਮੁੰਡਾ ਜਾਗਦਾ ਅਲੀ ਕੀ ਹੋਏਗਾ। ਸ਼ਾਹਜੀ ਸਾਡੇ ਸਟੇਜਾਂ ਦੇ ਬਗੈਰ ਸੁਰ ਤੋਂ ਦਾਦ ਨਹੀਂ ਜੇ ਮਿਲਦੀ, ਸਵਾਦ ਆ ਰਿਹਾ ਸੁੱਤਾ ਹੋਇਆ ਰਜ਼ਾਵਾਂ ਲੈ ਲੈ ਜਾਗਦਾ ਅਲੀ ਕੀ ਹੋਇਆ। ਜ਼ਰਾ ਕੋਈ ਜਾਗ ਕੇ ਬੋਲ ਸੁਭਾਨ ਅੱਲਾਹ, ਸੁੱਤਾ ਹੋਇਆ ਸੁੱਤਾ ਹੋਇਆ। ਇੱਕ ਜੁਮਲਾ ਬੋਲਾ ਤਫਸੀਰ ਮਦਰੀ ਅਲਾਮਾ ਸਨਾਉਲਾ ਪਾਣੀਪਤੀ ਨਕਸ਼ਬੰਦੀ ਉਸਮਾਨੀ ਮੁਜੱਦਦੀ ਰਹਿਮਤੁਲਲਾਹ ਅਲੈਹ ਤਫਸੀਰ ਮਦਰੀ, ਉਹ ਲਿਖਦੇ ਨੇ ਕੁੰਤੁਮ ਖੈਰਾ ਉਮਮਤਿਨ ਦੇ ਤਹਿਤ, ਉਹਨਾਂ ਫਰਮਾਇਆ ਜਿੰਨਾ ਚਿਰ ਅਲੀ ਦੁਨੀਆ 'ਚ ਨਹੀਂ ਆਇਆ, ਜਿੰਨਾ ਚਿਰ ਅਲੀ ਦੁਨੀਆ 'ਚ, ਬੋਲੋ ਜਿੰਨਾ ਚਿਰ ਦੁਨੀਆ 'ਚ
ਮੈਨੂੰ ਨਹੀਂ ਪਤਾ ਕੁਰਾਨ ਦੀ ਕਸਮ ਮੈਂ 7 ਵਾਰੀ ਉਹ ਤਫਸੀਰ ਚੁੰਮੀ ਮੇਰੇ ਘਰ ਦਿੱਲੀ ਦੀ ਛਪੀ ਹੋਈ 120 ਸਾਲ ਪੁਰਾਣੀ ਤਫਸੀਰ ਮੈਂ 7 ਵਾਰੀ ਉਹਨੂੰ ਚੁੰਮਿਆ ਉਸਮਾਨੀ ਮੁਜੱਦਦੀ ਸਨਾਉਲਾ ਪਾਣੀਪਤੀ ਰਹਿਮਤੁਲਾ ਅਲੈਹ ਲਿਖਦੇ ਨੇ ਜਿੰਨਾ ਚਿਰ ਅਲੀ ਬੈਤੁੱਲਾ 'ਚ ਪੈਦਾ ਨਹੀਂ ਹੋਇਆ 125 ਲੱਖ ਨਬੀਆਂ ਵਿੱਚੋਂ ਜਿਸ ਨਬੀ ਦੀ ਉਮਤ ਵਿੱਚ ਕੋਈ ਵਲੀ ਬਣਿਆ ਅਲੀ ਕੋਲੋਂ ਝੋਲੀ ਅੱਡ ਕੇ ਖੈਰਾਤ ਲੈ ਕੇ ਬਣਿਆ ਇਹ ਫੈਸਲਾਬਾਦ ਦੇ ਇਹ ਪਿੰਡ ਨਹੀਂ ਫੈਸਲਾਬਾਦ ਲਿਆ ਤਫਸੀਰ ਮਦਰੀ ਉਹ ਜਿਹੜਾ ਦੁਨੀਆ 'ਚ ਜੰਮਣ ਤੋਂ ਪਹਿਲੇ ਵਲੈਤਾ ਵੰਡਦਾ ਆ ਕੇ ਕੀ ਵੰਡਿਆ ਹੈਗਾ ਓਏ ਵਾਹ 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 ਕੀ ਕਹਿਣਾ ਸੁਭਾਨ ਅੱਲਾਹ ਜਾ ਅਲੀ ਦੁਨੀਆ 'ਚੋਂ ਗਏ ਨੇ ਇਹ ਪੱਗ ਹਸਨ ਦੇ ਸਿਰ ਤੇ ਹਸਨ ਤੋਂ ਬਾਅਦ ਹੁਸੈਨ ਦੇ ਸਿਰ ਤੇ ਹੁਸੈਨ ਤੋਂ ਬਾਅਦ ਸਜਾਦ ਦੇ ਸਿਰ ਤੇ ਸਜਾਦ ਤੋਂ ਬਾਅਦ ਇਮਾਮ ਬਾਕਰ ਦੇ ਸਿਰ ਤੇ ਬਾਕਰ ਤੋਂ ਬਾਅਦ ਇਮਾਮ ਜਾਫਰ ਸਾਦਿਕ ਦੇ ਸਿਰ ਤੇ ਫਿਰ ਮੂਸਾ ਕਾਜ਼ਮ ਦੇ ਸਿਰ ਤੇ ਫਿਰ ਮਸ਼ਕ ਵਾਲੇ ਅਲੀ ਰਜ਼ਾ ਦੇ ਸਿਰ ਤੇ ਫਿਰ ਤਕੀ ਦੇ ਸਿਰ ਤੇ ਫਿਰ ਨਕੀ ਦੇ ਸਿਰ ਤੇ ਫਿਰ ਅਸਗਰੀ ਦੇ ਸਿਰ ਤੇ ਚਾਰ ਚਾਰ ਨੇ ਇਮਾਮ ਕੋਲੋਂ 12ਵੇਂ ਅਜੇ ਆਉਣਾ ਆਇਆ ਤੂੰ ਸੁਣੀ ਨਹੀਂ ਸੁਣੀ ਨਹੀਂ ਨਾ ਬਗਦਾਦ ਨਾ ਅਬਦੁਲ ਕਾਦਰ ਹੋਏਗਾ ਜਿਲਾਨੀ ਇਹ ਮੋਰ ਉਹਨੂੰ ਦੇ ਦੇਣਾ ਹੁਣ ਕਿਆਮਤ ਤੱਕ ਜਿਹੜਾ ਬਲੀ ਬਣੇਗਾ ਗੌਸ ਦੀ ਜੁੱਤੀ ਚੁੰਮ ਕੇ ਬਣੇਗਾ ਮੇਰਾ 12ਵਾਂ ਇਮਾਮ ਮਾਦੀ ਆਏਗਾ ਤੇ ਗੌਸੇ ਮੋਹਰ ਤੇ ਪੈਰ ਸਪੁਰਦ ਕਰ ਦੇਗਾ 12ਵੇਂ ਦੇ ਵਲੈਤ ਚੱਲੀ ਪਹਿਲੇ ਤੋਂ ਤੇ ਖਤਮ ਹੋਈ 12ਵੇਂ ਦੇ ਤੂੰ ਸ਼ੀਆਂ ਨੂੰ ਦੇ ਛੱਡੇ ਨੇ ਤੇਰੇ ਕੋਲ ਕੀ ਹੈ ਵਲੈਤ ਤੇ ਹੈ ਹੀ ਆਲੇ ਨਬੀ ਦੇ ਘਰ ਦੇ ਓਏ ਤੂੰ ਆਲਾ ਹਜ਼ਰਤ ਨੂੰ ਮੰਨਣਾ ਆਲਾ ਹਜ਼ਰਤ ਦੀ ਨਹੀਂ ਮੰਨਦਾ ਮੈਂ ਤੇ ਉਹਦੀ ਕਬਰ ਤੇ ਜਾ ਕੇ ਬਰੇਲੀ ਸ਼ਰੀਫ ਚਾਦਰ ਚੜਾਈ ਹੈ ਆਪ ਕਹਿੰਦੇ ਨੇ ਉਹ ਮਰੇ ਆਜ ਲੈ ਉਹਨ ਕੀ ਪਨਾ ਆਜ ਮਦਦ ਅੱਜ ਵਗਦ ਅੱਜ ਮੰਗਲ ਕੱਲ ਕਿਆਮਤ ਵਾਲੇ ਦਿਨ ਪਛਤਾਏਗਾ ਇਹ ਨਾ ਮੰਨਣਾ ਨਹੀਂ ਅੱਜ ਮੰਨ ਲੈ ਮੈਂ ਤੇ ਸੁਰ ਵੀ ਬੇਸੁਰੀ ਆਪਣੀ ਕਿਸੇ ਦੀ ਨਕਲ ਨਹੀਂ ਮਾਰੀ ਕੋਈ ਸੁਲਤਾਨੀ ਦੀ ਨਕਲ ਤੇ ਕੋਈ ਸ਼ਬੀਰ ਸ਼ਾਹ ਦੀ ਨਕਲ ਆਪਣੀ ਬਾਲ ਕੇ ਸੇ ਕੋਈ ਸਵਾਦ ਹੀ ਵੱਖਰਾ ਇੱਕ ਵਾਰੀ ਬੋਲ ਸੁਭਾਨ ਅੱਲਾਹ ਬਸ ਮੌਜੂ ਬਦਲ ਗਿਆ ਜਾਣ ਦੀ ਕੀਮਤ ਜੰਨਤ ਇਹ ਵੀ ਇਸੇ ਕਾਰਜ ਸੌਣ ਦੀ ਕੀਮਤ ਰਜ਼ਾਵਾਂ ਇਹ ਵੀ ਇਸੇ ਕਾਰਜ ਹੁਣ ਅੱਗੇ ਚੱਲ ਰਿਹਾ ਮਰਨਾ ਮੈਂ ਵੀ ਹੈ ਤੇ ਮਰਨਾ ਤੂੰ ਵੀ ਹੈ ਤੂੰ ਕਿਆਮਤ ਤੱਕ ਬੈਨਾ ਮਲ ਖਾ ਕੇ ਨਹੀਂ ਆਇਆ ਅੱਲਾ ਦਾ ਕੁਰਾਨ ਕਹਿੰਦਾ ਵਨਾਸ ਯਾ ਤੇ ਗਰਕਨ ਵਨਾਸ਼ਤਾ ਤੇ ਨਸ਼ਤਨ ਜੰਨਤ ਦੋ ਤਰੀਕੇ ਨਾਲ ਨਿਕਲਦੀ ਹੈ ਜਾਨ ਯਾ ਸੰਗੀ ਤੇ ਨੌ ਰੱਖ ਕੇ ਜਿਵੇਂ ਬੇਰੀ ਵਾਲੇ ਕੰਡਿਆਂ ਤੇ ਕੱਪੜਾ ਪਾਇਆ ਹੋਵੇ ਇੰਜ ਜਿਵੇਂ ਟੋਕੇ ਨਾਲ ਬੁਗਦੇ ਨਾਲ ਕਰੀਏ ਪਾਰਿਆ ਪਾਰਿਆ ਤੇ ਕੀਮਾ ਇੰਜ ਨਿਕਲਦੀ ਹੈ ਔਖੀ ਤੇ ਯਾ ਇੰਜ ਨਿਕਲਦੀ ਹੈ ਜਿਵੇਂ ਆਰਾਮ ਨਾਲ ਗੰਢ ਖੋਲ ਲਈਏ ਇਹ ਸਾਡੀਆਂ ਜਾਨਾਂ ਨਿਕਲਣੀਆਂ ਨੇ ਇੰਜ ਹੁਸੈਨ ਦੀ ਕਿਵੇਂ ਨਿਕਲੀ ਹੈ ਅੱਲਾ ਪਿਆਦਾ ਯਾ ਅਯਾ ਤੁਹਾਨ ਨਫਸ ਯਾ ਅਯਾ ਤੁਹਾਨ ਨਫਸੁਲ ਮੁਤਮਾਇਨਾ ਕਰਬਲਾ ਕੇ ਸ਼ਾਹ ਹੁਸੈਨ